ਅਸੀਂ ਜਾਣਾ ਸੀ ਲੱਸੀ ਪੀਣ, ਲੇਕਿਨ ਉੱਥੇ ਕੀ ਹੋਇਆ, ਸਾਡੀ ਲੱਸੀ ਨਿਕਲ ਗਈ ਗੱਡੀ ਦੇ ਉੱਤੇ। ਅਸੀਂ ਕੀ ਤੋ ਹੈ ਵੀਵਰਸ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ? ਅਤੇ ਅੱਜ ਕਿਉਂ ਮੈਂ ਪੰਜਾਬੀ ਬੋਲਣ ਦਾ, ਤੁਸੀਂ ਸੋਚਦੇ ਹੋਵੋਗੇ, ਕਿਉਂਕਿ ਅੱਜ ਹੋਣ ਵਾਲਾ ਹੈ ਖਾਲੀ ਪੂਰੇ ਵਲੋਗ 'ਚ ਪੰਜਾਬੀ 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 ਪੰਜਾਬੀ, ਕਿਉਂਕਿ ਅੱਜ ਅਸੀਂ ਪੂਰਾ ਵਲੋਗ ਬਣਾਉਣਾ ਹੈ ਪੰਜਾਬੀ 'ਚੋਂ। ਅਤੇ ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਇੰਜੋਏ ਕਰੇਗਨ, ਅਤੇ ਇਸ ਲਈ ਮੈਨੇ ਸੋਚਿਆ ਕਿ ਅੱਜ ਜਿਹੜਾ ਨਾ ਪੰਜਾਬੀ ਚੈਲੇਂਜ ਕਰੀਏ, ਕਿਉਂਕਿ ਪੰਜਾਬੀ ਸਾਰੇ ਆਉਂਦੇ, ਸਭ ਨੂੰ ਆਉਂਦੀ, ਈਜ਼ੀ ਜ਼ਬਾਨ ਹੈ। ਤੋ ਕੀ ਕਹਿੰਦੇ ਹੋ ਤੁਸੀਂ? ਮੈਨੂੰ ਲੱਗਦਾ ਅਗਰ ਜੋ ਦੇ ਕੇ ਮੇਰੀ ਬਾਤ ਸੁਣੇ, ਜੋ ਬੋਲੇਗਾ ਬੀਚ ਮੇਂ ਉਰਦੂ, ਉਸਕੋ ਪੜ ਜਾਣੀ ਚੱਪੜ। ਪੰਜਾਬੀ ਮੇਂ ਕਿਆ ਇਸਕੋ ਬੋਲਤੇ? ਚਾਟਾ। ਕਿਆ ਬੋਲਤੇ? ਆਪ ਆਪਣੀ ਵਾਈਫ ਕੋ ਮਾਰੋਗੇ? ਨਹੀਂ, ਮਜ਼ਾਕ ਮੇਂ। ਮਾਰਤਾ ਤੋ ਕੋਈ ਵੀ ਨਹੀਂ ਹੈ, ਕੌਣ ਚਾਹੇਗਾ ਕਿ ਆਪਣੀ ਬੀਵੀ ਕੋ ਮਾਰ ਕੇ ਸੁਖੀ ਰਹਿ ਪਾਓਗੇ? ਆਪ ਰਹਿ ਪਾਓਗੇ ਬਤਾਓ? ਨਹੀਂ ਰਹਿ ਪਾਓਗੇ ਸੁਖੀ? ਆਪ ਕੋਈ ਵੀ ਨਹੀਂ ਰਹਿ ਪਾਏਗਾ। ਤੇ ਕੋਈ ਵੀ ਨਹੀਂ ਰਹਿ ਪਾਏਗਾ ਤੇ ਅੱਜ ਸੀ ਅੱਜ? ਨਹੀਂ 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 ਨਹੀਂ, ਪੰਜਾਬੀ ਚ ਬੋਲਣਾ, ਜੋ ਬੋਲ ਜੋ ਬੋਲਣਾ ਪੰਜਾਬੀ ਚ ਬੋਲਣਾ, ਜੋ ਬੋਲਣਾ ਪੰਜਾਬੀ ਚ ਬੋਲਣਾ। ਹਾਂ ਪੰਜਾਬੀ। ਨਹੀਂ ਜੋ ਬੋਲਣਗੇ ਪੰਜਾਬੀ ਚ। ਵੈਸੇ ਵੀ ਵਾਈਫ ਤੇ ਹੱਥ ਚੁੱਕਣਾ ਵੀ ਨਹੀਂ ਚਾਹੀਦਾ। ਹਾਂ ਤੇ ਕੋਈ ਚੁੱਕਦਾ ਵੀ ਨਹੀਂ, ਕੋਈ ਪਾਗਲ ਨਹੀਂ ਹੁੰਦਾ। ਕੀ ਕਹਿੰਦੇ ਹੋ ਤੁਸੀਂ? ਤੇ ਹੁਣ ਅਸੀਂ ਚੱਲਨੇ ਆ ਕਿੱਲੇ ਨਾ ਕਿੱਲੇ ਕੁਝ ਪੀਣ, ਤੇ ਉਦੋਂ ਬਾਅਦ ਕੁਝ ਖਾਣ, ਤੇ ਫਿਰ ਵੇਖਨੇ ਕੀ ਹੁੰਦਾ ਸ਼ਾਨ। ਫਿਰ ਮੈਂ ਕਹਿੰਦਾ ਉੱਠ ਰਹਾ ਹੂੰ, ਉੱਠ ਰਹਾ ਹੂੰ, ਇੱਕ ਘੰਟੇ ਬਾਅਦ ਉੱਠਣਾ ਫਿਰ ਵੀ। ਤੇ ਤੁਸੀਂ ਲੋਕ ਸੋਚ ਰਹੇ ਹੋਗੇ ਸਾਡੇ ਲਈ ਬੜੀ ਪੰਜਾਬੀ ਈਜ਼ੀ ਹੋਏਗੀ, ਕਿਉਂਕਿ ਅਸੀਂ ਪੰਜਾਬੀ ਹਾਂ। ਪੰਜਾਬੀ ਤਾਂ ਈਜ਼ੀ ਹੋਏਗੀ, ਲੇਕਿਨ ਸਾਡੇ ਦੋਨਾਂ ਦੇ ਵਿੱਚ ਪੰਜਾਬੀ ਬੋਲਣਾ ਬੜਾ ਮੁਸ਼ਕਿਲ ਹੋਏਗਾ, ਕਿਉਂਕਿ ਅੱਜ ਤੱਕ ਜ਼ਿੰਦਗੀ 'ਚ ਅਸੀਂ ਪੰਜਾਬੀ ਨਹੀਂ ਬੋਲੇ। ਹਮ ਜੋ ਨਾ ਫਿਰ ਪੰਜਾਬੀ 'ਚ ਕਭੀ ਕਭੀ ਜ਼ਿੰਦਗੀ ਮੇਂ ਬਾਤ ਨਹੀਂ ਕੀ ਹਮਨੇ, ਤੋ ਇਸ ਲਈ ਸਾਡੇ ਲਈ ਸਭ ਤੋਂ ਮੁਸ਼ਕਿਲ ਹੋਏਗਾ ਪੰਜਾਬੀ 'ਚ ਇਸ ਟਾਈਮ ਕੱਪਲ ਪੰਜਾਬੀ, ਕਿਉਂਕਿ ਅਸੀਂ ਹਮੇਸ਼ਾ ਉਰਦੂ ਬੋਲੀ। ਹਮੇਸ਼ਾ ਸਾਡੇ ਘਰ ਵਾਲੇ ਵੀ ਕਹਿੰਦੇ ਨੇ ਆਪਸ 'ਚ ਤੁਸੀਂ ਘਰ ਵਾਲੇ ਪੰਜਾਬੀ 'ਚ ਗੱਲਾਂ ਕਰਦੇ ਹੋ, ਅਤੇ ਆਪਸ 'ਚ ਜੋ ਗੱਲਾਂ ਕਰਦੇ ਹੋ ਉਦੋਂ ਉਰਦੂ 'ਚ ਕਰਦੇ ਹੋ, ਅਤੇ ਅੱਜ ਸਾਡੇ ਲਈ ਮੁਸ਼ਕਿਲ ਹੋ ਜਾਏਗਾ ਥੋੜ੍ਹਾ। ਔਰ ਮੇਰੇ ਕੋਲ ਸਭ ਸੱਚੀ ਪੰਜਾਬੀ ਪਤਾ ਹੈ ਕਿਹੜੀ ਲੱਗਦੀ ਹੈ? ਵੋ ਵਾਲੀ ਕਿਆ ਉਸਕੋ ਬੋਲਤੇ ਹਨ, ਔਰ ਹੋ ਸਕਦਾ ਮੈਂ ਬੀਚ ਮੇਂ ਉਰਦੂ ਵੀ ਬੋਲ ਦੂੰ, ਸੋਰੀ ਇਸਕੇ ਲੀਏ। ਨਹੀਂ ਉਸਕੇ ਲੀਏ ਫਿਰ ਚੈਲੇਂਜ ਹੈ। ਅੱਛਾ ਸੋਰੀ ਸੋਰੀ, ਅਗਰ ਮੈਂ ਵਿੱਚ ਉਰਦੂ ਬੋਲੀ ਤਾਂ ਮੈਨੂੰ ਇੱਕ ਪੈ ਜਾਣਾ ਚਾਟਾ, ਸਹੀ ਹੈ? ਅਤੇ ਇੱਦੋਂ ਪਹਿਲਾਂ ਮੈਂ ਪਹਿਲੀ ਸੋਚ ਲਿਆ ਕਿ ਹੁਣ ਅਸੀਂ ਜਾਣਾ। ਹਾਂ ਅਤੇ ਘਰ ਵੇਲੇ ਅਸੀਂ ਪੰਜਾਬੀ ਬੋਲਦੇ ਹਾਂ, ਮੈਂ ਕੁਝ ਬੋਲਣ ਲੱਗਾ ਭੁੱਲ ਗਿਆ ਵਾਂ, ਲੇਕਿਨ ਹੁਣ ਚੱਲਦੇ ਹਾਂ ਬਾਹਰ ਵੇਲਾ, ਫਿਰ ਯਾਦ ਆਏਗਾ, ਮਜ਼ਾ ਆਉਣੇ ਵਾਲਾ ਅੱਜ ਖੂਬ ਸਾਰਾ। ਬਿੱਟੂ ਅੱਜ ਮੈਂ ਹੋਰ ਕੁਝ ਵੀ ਛੁਪਾਇਆ ਹੋਇਆ ਹੈ, ਇਸਕੇ ਇਲਾਵਾ ਵੀ ਹੋਰ ਵੀ ਛੁਪਾਏ ਹੋਏ ਮੈਨੇ। ਮੈਨੂੰ ਨਾ ਪੰਜਾਬੀ ਆਉਂਦੀ ਹੈ, ਲੇਕਿਨ ਉਸ ਤਰ੍ਹਾਂ ਦੀ ਨਹੀਂ ਆਉਂਦੀ, ਮਤਲਬ ਕਿ ਜਿਹੜੇ ਠੋਸ ਬੋਲਦੇ ਨਾ, ਠੋਸ ਪੰਜਾਬੀ ਉਹ ਵਾਲੀ ਨਹੀਂ ਆਉਂਦੀ, ਨੋਰਮਲ ਪੰਜਾਬੀ ਆਉਂਦੀ, ਅਤੇ ਨੋਰਮਲ ਹੀ ਬੋਲਾਂਗੇ ਫਿਰ। ਠੋਸ ਬੋਲਣ ਦੇ ਚੱਕਰ 'ਚੋਂ ਕੁਝ ਹੋਰ ਹੀ ਅਲਫਾਜ਼ ਨਾਲ ਨਿਕਲਦੇ, ਉਲਟੇ ਅਲਫਾਜ਼। ਸਾਡਾ ਕਾਕਾ ਐ ਰੇ, ਇਹ ਛਿੱਟਾ ਹੋਇਆ ਕਾਕਾ ਸਾਡਾ। ਅਤੇ ਹੁਣ ਅਸੀਂ ਚੱਲੇ ਹਾਂ ਕਿੱਲੇ ਬਾਹਰ। ਬਾਹਰ ਕਿੱਥੇ ਜਾਣਾ ਵੇ? ਅਸੀਂ ਚੱਲੇ ਹਾਂ ਲੱਸੀ ਪੀਣ। ਜੀ 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 ਜੀ, ਕੱਲ੍ਹ ਪੀਤੀ ਹਮਨੇ, ਕੱਲ੍ਹ ਪੀ ਥੀ ਅਸਾਂ, ਅਤੇ ਬੜੇ ਮਜ਼ੇ ਦੀ। ਸੋਰੀ ਯਾਰ, ਉਹ ਮੈਂ ਬੀਚ ਮੈਨੂੰ ਉਹ ਉਰਦੂ ਮਾਰ ਦਿੱਤਾ, ਕਿਉਂਕਿ ਨਾ ਆਪਣੇ ਕੋਲ ਆਦਤ ਹੈ ਉਰਦੂ ਜ਼ਿਆਦਾ ਬੋਲਣੇ ਕੀ, ਇਸ ਲਈ। ਤੋ ਮੈਂ ਸੋਚਿਆ ਸੀ ਕਾਫੀ ਈਜ਼ੀ ਹੋਏਗਾ ਸਾਡੇ ਵਾਸਤੇ ਕਿ ਪੰਜਾਬੀ ਬੋਲ ਲਵਾਂਗੇ ਆਰਾਮ 'ਚੋਂ ਵਲੋਗ 'ਚੋਂ, ਕੈਮਰੇ ਸਾਹਮਣੇ ਖਾਸ ਤੌਰ, ਲੇਕਿਨ ਨਹੀਂ ਹੋ ਪਾ ਰਿਹਾ। ਅਤੇ ਮੇਰੇ ਖਿਆਲ ਨਾਲ ਫਿਰ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਪੰਜਾਬੀ ਪੂਰੀ ਪੂਰੀ ਬੋਲੀ ਜਾਏ। ਅਤੇ ਕੀ ਕਰਦੀ ਸੀ? ਮੈਂ ਬੈਕਗ੍ਰਾਉਂਡ ਦੇ ਰਹੀ ਸੀ। ਫਿਰ ਤੁਸੀਂ ਬੋਲਿਆ, ਮੈਂ ਹੁਣ ਤੁਹਾਨੂੰ ਦਵਾਂ ਇੱਕ, ਅਤੇ ਤੁਸੀਂ ਹੁਣ ਬੋਲਣੀ ਹੈ ਪੰਜਾਬੀ। ਤੁਸੀਂ ਇੱਕ ਵਾਰ ਦੀ ਹੁਣ ਬੋਲੇ ਨਾ ਉਰਦੂ ਦਾ, ਸਰ ਪੂਰੀ ਪੰਜਾਬੀ ਬੋਲਦੀ, ਲੇਕਿਨ ਸਰ ਇਸ ਟਾਈਮ ਸੁੱਤੀ ਹੋਈ ਹੈ, ਕਿਉਂਕਿ ਰਾਤ ਦੇ ਹੋਣ ਦੇ ਟਾਈਮ ਕਾਫੀ ਜ਼ਿਆਦਾ, ਇੰਨੇ ਜ਼ਿਆਦਾ ਵੀ ਨਹੀਂ ਹੋ ਰਿਹਾ, 7 ਵੱਜ ਰਹੇ ਮੇਰੇ। ਅਤੇ ਸਰ ਬਾਜੀ ਦਾ ਜਿਹੜਾ ਨਾ ਦਿਲ ਨਹੀਂ ਕਰਨ ਡਿਆ, ਵੈਸੇ ਸਰ ਬਾਜੀ ਸਭ ਤੋਂ ਅੱਛੀ ਪੰਜਾਬੀ ਬੋਲਦੀ ਹੈ ਸਾਡੇ ਨਾਲ, ਇਹਦੇ ਨਾਲ ਵੀ ਅੱਛੀ ਬੋਲਦੀ ਹੈ। ਅਤੇ ਹੁਣ ਅਸੀਂ ਚੱਲੇ ਹਾਂ, ਕੀ ਹੋਇਆ? ਤੁਸੀਂ ਵੀ ਆਇਓ, ਤੁਸੀਂ ਵੀ ਆਇਓ, ਚਲਾ ਜਾਓ ਫਿਰ, ਜਲਦੀ ਆ ਜਾ। ਨਹੀਂ ਐਸੇ ਬੋਲੀਦਾ, ਨਹੀਂ ਐਸੇ ਬੋਲੀਦਾ, ਇਹ ਦੇਖੋ ਅਸੀਂ ਪੰਜਾਬੀ ਬੋਲ ਰਹੇ, ਐਸੇ ਬੋਲਦਾ ਨਹੀਂ ਮੈਂ। ਤੇ ਹੁਣ ਅਸੀਂ ਆਏ ਹਾਂ ਬਿਰਿਆਨੀ ਲੈਣ ਲਈ, ਮਜ਼ਾ ਆ ਰਿਹਾ ਵੈਸੇ। ਮੈਨੂੰ ਬਹੁਤ ਅਜੀਬ ਲੱਗ ਰਿਹਾ ਪੰਜਾਬੀ 'ਚ ਗੱਲ ਕਰਨਾ, ਲੇਕਿਨ ਇਹਨਾਂ ਨੇ ਪੰਜਾਬੀ 'ਚ ਮੈਂ ਗੱਲ ਕਰਦੀ ਨਹੀਂ ਬਿਲਕੁਲ ਵੀ। ਅਸਲ 'ਚ ਹੈ ਅਸੀਂ ਪੰਜਾਬੀ, ਲੇਕਿਨ ਕਦੀ ਜ਼ਿੰਦਗੀ 'ਚ ਇੱਕ ਦੂਜੇ ਨਾਲ ਪੰਜਾਬੀ 'ਚ ਗੱਲ ਕੀਤੀ ਨਹੀਂ, ਅਜੀਬ 'ਚ ਹੀ ਲੱਗਦਾ, ਲੇਕਿਨ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਨ ਨਾਲ ਅਲੱਗ ਹੀ ਮਜ਼ਾ ਆ ਰਿਹਾ ਵੀ, ਲੋਕ ਪੰਜਾਬੀ 'ਚ ਬਣਾਉਣ ਦਾ ਅਲੱਗ ਹੀ ਮਜ਼ਾ ਹੈ। ਦੇਖ ਲੈ ਵੈਸੇ ਉਹ ਆ ਗਿਆ ਬਿਰਿਆਨੀ ਦਾ ਦੇਸ਼ ਕਾ, ਇੱਕ ਖਾਲੀ ਹੋ ਗਿਆ, ਦੂਜਾ ਆ ਗਿਆ ਨਵਾਂ ਦੇਸ਼ ਕਾ ਖੁੱਲੇ, ਤੇ ਕੁਝ ਇਸ ਤਰ੍ਹਾਂ ਨਾਲ ਜਿਹੜਾ ਨਾ ਬਿਰਿਆਨੀ ਖੋਲਦੇ ਨੇ, ਇਸ ਤਰ੍ਹਾਂ ਨਾਲ ਫਿਲਾਉਂਦੇ ਨੇ, ਉਹ ਥੱਲੇ ਸਾਰਾ ਮਸਾਲਾ ਹੈ, ਕਿਤੇ ਕਿਤੇ ਮੂੰਹ 'ਚ ਪਾਣੀ ਆ ਰਿਹਾ ਹੈ, ਇਧਰ ਕੀ ਬਿਰਿਆਨੀ ਆ ਰਿਹਾ ਹੈ, ਕਿਆ ਆਖੀਏ ਤੁਹਾਨੂੰ। ਲੋਦੀ ਹੁਣ ਨਿਕਾਲੇਂਗੇ ਬੋਟੀਆਂ, ਮਸਾਲੇ ਸਾਲ ਵਾਲੀ, ਸਾਰੀ ਮਸਾਲੇ ਵਾਲੀਆਂ ਬੋਟੀਆਂ, ਉਦੋਂ ਬਾਅਦ ਥੱਲੋ ਦੇ ਆਲੂ, ਆ ਹਾ ਹਾ ਹਾ, ਕਿਆ ਬਾਤ ਹੈ। ਚਲੋ ਜੀ, ਸਦਰ ਬਾਜੀ ਵਾਸਤੇ ਵੀ ਲੈ ਲਈਏ ਮੈਂ, ਸਹੀ ਹੈ, ਇਹ ਸਦਰ ਬਾਜੀ ਵਾਸਤੇ ਵੀ ਲੈ ਲਈਏ, ਬਕਾਇਆ ਹੋਰ ਵੀ, ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਹੋਈ ਸੁਬਹ ਦਾ, ਕਿਸੇ ਨੇ ਕੁਝ ਨਹੀਂ ਖਾਧਾ ਹੋਇਆ ਮੇਰੇ ਖਿਆਲ ਨਾਲ।
ਅਸਾਂ ਤੇ ਘਰ ਲੈ ਆਈ ਅਸਾਂ ਸਵੇਰ ਸਵੇਰ ਨਾਸ਼ਤਾ ਕਰ ਲਿਆ 6 ਵਜੇ ਹੈ ਤਾਂ ਖੁਸ਼ ਹੈ ਹੁਣ ਚਲੀ ਹਾਂ ਤੇ ਹੁਣ ਅਸੀਂ ਆ ਗਏ ਹਾਂ ਘਰ ਰਸਤੇ 'ਚ ਹੋ ਗਿਆ ਗੱਡੀ ਦਾ ਪੈਟਰੋਲ ਖਤਮ ਤੇ ਫਿਰ ਅਸੀਂ ਕੀ ਕੀਤਾ ਅਸੀਂ ਗੱਡੀ ਨੂੰ ਲਟਾਇਆ ਅਸੀਂ ਤੇ ਬੜੀ ਮੁਸ਼ਕਲਾਂ ਨਾਲ ਆਇਆ ਇੰਨਾ ਮਸਲਾ ਆਇਆ ਮੈਂ ਤਾਂ ਇਹ ਕਹਿਣਾ ਬਸ ਪਹੁੰਚ ਜਾਈਏ ਘਰ ਕਿਸੇ ਵੀ ਤਰੀਕੇ ਔਰ ਸ਼ੁਕਰ ਹੈ ਪਹੁੰਚ ਗਏ ਹਾਂ ਮੈਂ ਗੱਡੀ ਲਟਾਇਆ ਉਦੋਂ ਬਾਅਦ ਥੋੜਾ ਪੈਟਰੋਲ ਸਾਰਾ ਤੋਂ ਤੱਕ ਅਸੀਂ ਗੱਡੀ ਲੈ ਸਕੀ ਬਹੁਤ ਮੁਸ਼ਕਿਲ ਹੋਈ ਹਾਂ ਸਾਡੇ ਵਾਸਤੇ ਥੋੜੀ ਮੁਸ਼ਕਿਲ ਹੋਣ ਦੀ ਕਿ ਇਹ ਗੱਡੀ ਨਹੀਂ ਹੈ ਨਾ ਗੱਡੀ ਹੈ ਵੇ ਲੇਕਿਨ ਉਹ ਖਰਾਬ ਹੈ ਮੀਨਸ ਕਿ ਉਸ ਲਾਇਕ ਨਹੀਂ ਕਿ ਹੁਣ ਚਲਾਇਆ ਜਾਏ ਉਹ ਇਸ ਲਾਇਕ ਹੈ ਕਿ ਉਹਨੂੰ ਜਿਹੜਾ ਨਾ ਗੱਦਾ ਗੱਡੀ ਬਣਾਇਆ ਜਾਏ ਕੀ ਕਹਿੰਦੀ ਹੈ ਹਾਂਜੀ ਹੈ ਜੀ ਕੀ ਕਹਿੰਦੇ ਹੋ ਤੁਸੀਂ ਖੈਰ ਜਿੰਨੇ ਵੀ ਸਾਡੀ 15 ਚੋਰੀ ਕੀਤੀ ਖੁਦਾ ਨੂੰ ਜਿਹੜਾ ਨਾ ਹੋਰ ਦੇਵੇ ਕੋਈ ਗੱਲ ਨਹੀਂ ਕਿੰਨੇ ਦਿਨ ਖਾ ਲੇਗਾ 10 ਦਿਨ 4 ਦਿਨ ਮਹੀਨਾ ਹੈ ਕੀ ਕਹਿੰਦੇ ਤੁਸੀਂ ਤੇ ਬਾਕੀ ਜਿਹੜਾ ਵੀ ਇੰਜ ਕੰਮ ਕਰਦਾ ਉਹਨੂੰ ਹਮੇਸ਼ਾ ਦੁਆ ਹੀ ਦਵੋ ਖੈਰ ਹੋ ਗਈ ਬਦਵਾ ਨਹੀਂ ਦੇਣੀ ਚਾਹੀਦੀ ਹਰ ਕਿਸੇ ਕੇ ਸਾਥ ਹੋਣ ਡਿਆ ਵੀ ਅਰੇ ਯਾਰ ਮੈਂ ਕੈਸੀ ਪੰਜਾਬੀ ਬੋਲ ਰਹਾ ਯਾਰ ਤੁਸੀਂ ਮੰਨੋਗੇ ਮੈਂ ਇੰਨੀ ਅੱਛੀ ਪੰਜਾਬੀ ਬੋਲਣਾ ਲੇਕਿਨ ਕੈਮਰੇ ਸਾਹਮਣੇ ਪਤਾ ਨਹੀਂ ਕਿਉਂ ਇੰਨੀ ਇੰਜ ਅਜੀਬ ਗਰੀਬ ਜਿਹੜਾ ਨਾ ਪੰਜਾਬੀ ਬੋਲੀ ਜਾਣ ਦੀ ਬਿਲਕੁਲ ਠੋਸ ਪੰਜਾਬੀ ਨਹੀਂ ਆਉਂਦੀ ਲੇਕਿਨ ਪੰਜਾਬੀ ਆਉਂਦੀ ਨੋਰਮਲ ਪੰਜਾਬੀ ਔਰ ਬਹੁਤ ਅੱਛੀ ਬੋਲੀ ਜਾਂਦੀ ਲੇਕਿਨ ਮੇਰੇ ਕੋਲ ਬੋਲੀ ਨਹੀਂ ਜਾਣ ਦੀ ਪਤਾ ਨਹੀਂ ਕਿਉਂ ਕੈਮਰੇ ਸਾਹਮਣੇ ਬਾਰ ਬਾਰ ਉਰਦੂ ਦੇ ਵਰਡ ਨਿਕਲ ਆਉਂਦੇ ਨੇ ਬਈ ਮੇਰੀ ਗੱਲ ਸੁਣੋ ਯਾਰ ਮੇਰੇ ਕੋਲ ਉਸ ਤਰ੍ਹਾਂ ਦੀ ਪੰਜਾਬੀ ਕਿਉਂ ਨਹੀਂ ਬੋਲੀ ਜਾਣ ਦੀ ਜਿਸ ਤਰ੍ਹਾਂ ਦੀ ਮੈਂ ਬੋਲਣਾ ਵਾਂ ਜੰਜ ਮੈਂ ਬੋਲਣਾ ਵਾਂ ਮਤਲਬ ਕਿ ਜੰਜ ਮੈਂ ਬੋਲਣਾ ਵਾਂ ਉਸ ਤਰ੍ਹਾਂ ਮੈਂ ਕਿਉਂ ਕਹਿ ਰਿਹਾ ਵਾਂ ਜੰਜ ਮੈਂ ਬੋਲਦਾ ਵਾਂ ਕਿਉਂ ਨਹੀਂ ਬੋਲੀ ਜਾਣ ਦੀ ਕੈਮਰੇ ਦੇ ਸਾਹਮਣੇ है ना तुसी वेखी है ना मेरी पंजाबी कैन जी मैं बोलना वा अच्छी बोलना ना ओए मींस के सुननी है ना ते अच्छी बोलना वा ना लेकिन मुझे बहुत अजीब लगदा मैं पंजाबी च गल ਮੈਨੂੰ ਵੀ ਅਜੀਬ ਜੀ ਲੱਗਦਾ ਲੇਕਿਨ ਹੁਣ ਕੀ ਕਰੀਏ ਬੋਲਣਾ ਪਏਗਾ ਲੋ ਅਸੀਂ ਹੈ ਪੰਜਾਬੀ ਆ ਲੇਕਿਨ ਆਪਸ ਚ ਨਹੀਂ ਕਦੀ ਪੰਜਾਬੀ ਬੋਲੀ ਨਾ ਤੇ ਵੇਖੋ ਯਾਰ ਕੀ ਚੱਕਰ ਚੱਲਣ ਡਿਆ ਹੈ ਤੇ ਮਜ਼ਾ ਆ ਗਿਆ ਬਿਰਿਆਨੀ ਖਾ ਕੇ ਅਸੀਂ ਜਾਣਾ ਸੀ ਲੱਸੀ ਪੀਣ ਲੇਕਿਨ ਉੱਥੇ ਕੀ ਹੋਇਆ ਸਾਡੀ ਲੱਸੀ ਨਿਕਲ ਗਈ ਗੱਡੀ ਦੇ ਉੱਤੇ ਤੇ ਅਸੀਂ ਕੀ ਕੀਤਾ ਸੀ ਕਿ ਬਸ ਘਰ ਪਹੁੰਚ ਜੀ ਸਿੱਧੇ ਸਲਾਮਤ ਹੋਰ ਤਾਂ ਕੁਛ ਨਹੀਂ ਆਇਆ ਨਾ ਹੋਇਆ ਪਈਆਂ ਪਈਆਂ ਚੱਲਣਾ ਪਵੇ ਇਹਦੇ ਪਈਆਂ 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 ਇਹ ਲੱਤਾਂ ਥੱਕ ਜਾਂਦੀਆਂ ਸਨ ਫਿਰ ਮੇਰੇ ਲਈ ਮਸਲਾ ਹੋ ਜਾਣਾ ਸੀ ਅਗਰ ਇਹ ਥੱਕ ਗਈ ਵੋਕ ਤੇ ਹੋ ਜਾਂਦੀ ਲੇਕਿਨ ਮਸਲਾ ਤੇ ਹੈ ਸੀ ਨਾ ਭੱਲੇ ਵੋਕ ਹੋ ਜਾਂਦੀ ਇਹ ਵੀ ਤੇ ਵੇਖੋ ਹੋਰ ਸਫ਼ਰ ਹੀ ਪਤਾ ਪੂਰਾ ਸਨਾਟਾ ਐਸਾ ਬਿਲਕੁਲ ਰੋਡ ਦੇ ਉੱਤੇ ਕੋਈ ਲਾਈਟ ਹੀ ਨਹੀਂ ਹੈ ਇੱਕ ਵੀ ਲਾਈਟ ਨਹੀਂ ਨਾਲਾ ਨਾਲੇ ਕੀ ਸਾਈਡ ਕੀ ਤਰਫ ਦੋ ਨਾਲੇ ਤੇ ਆਉਣਾ ਹੀ ਅਸੀਂ ਤੇ ਉੱਥੇ ਇੱਕ ਵੀ ਲਾਈਟ ਨਹੀਂ ਤੇ ਕਿਸੇ ਘਰ ਦੇ ਕੋਲ ਜਿਹੜਾ ਨਾ ਬਲਬ ਚੱਲਣਾ ਹੀ ਬਾਹਰ ਮੈਂ ਉੱਥੇ ਖੜਾ ਹੋ ਗਿਆ ਮੈਂ ਕਿਹਾ ਚਲੋ ਲਾਈਟ ਤੇ ਹੈ ਫਿਰ ਮੈਂ ਲਟਾਈ ਉੱਥੇ ਗੱਡੀ ਆਰਾਮ ਨਾਲ ਫਿਰ ਗੱਡੀ ਦਾ ਪੈਟਰੋਲ ਚੁੱਕਿਆ ਤੇ ਕਿੱਕ ਮਾਰੀ ਤੇ ਸਟਾਰਟ ਹੋਈ ਤੇ ਮੈਂ ਕਿਹਾ ਚੱਲ ਵੱਡੀ ਆ ਉਹ ਗਾਣਾ ਵੀ ਨਾ ਕਿਹੜਾ ਉਹ ਮੈਂ ਨਿਕਲਾ ਉਹ ਗੱਡੀ ਲੈ ਕੇ ਡਰ ਆਪਣੀ ਬੇਬੀ ਕੇ ਸਾਥ ਡਨ 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 ਇਹ ਕੀ ਹੈ ਇਹ ਕੀ ਹੈ ਇਹ ਤੁਸੀਂ ਰਾਤ ਨੂੰ ਮੇਰੇ ਮੂੰਹ ਤੇ ਲਗਾਇਆ ਸੀ ਨਾ ਪਤਾ ਨਹੀਂ ਮੇਰੇ ਮੂੰਹ ਤੇ ਕੀ ਵੱਡਿਆ ਸੀ ਇੱਥੇ ਕਰਕੇ ਨਾ ਕੁਝ ਤੇ ਮੈਂ ਕਿਹਾ ਮੇਰੇ ਮੂੰਹ ਤੇ ਕੁਝ ਲਗਾ ਠੰਡਾ ਠੰਡਾ ਟੀ ਫਰੀ ਡੋਨਰ ਹੈ ਵੇ ਓਕੇ ਕੋਈ ਬਾਤ ਨਹੀਂ ਲੇਕਿਨ ਮਜ਼ਾ ਆ ਰਹਾ ਹੈ ਆਪ ਲੋਗ ਮਜ਼ਾ ਆ ਰਹੇ ਨਹੀਂ ਅੱਛਾ ਲੱਗ ਰਿਹਾ ਕਿ ਹਮਾਰੀ ਜ਼ਬਾਨ ਆਪਕੋ ਪੰਜਾਬੀ ਸੁਣ ਕੇ ਜੋ ਨੈਚੁਰਲ ਜ਼ਬਾਨ ਹੈ ਹਮਾਰੀ ਪੰਜਾਬੀ ਤੋ ਅੱਛਾ ਲੱਗ ਰਿਹਾ ਹੈ ਕਿ ਨਹੀਂ ਬਤਾਨਾ ਲਾਜ਼ਮੀ ਬਸ ਤੇ ਅੱਜ ਦਾ ਸਾਡਾ ਚੈਲੰਜ ਸੀ ਹੈ ਪੂਰੇ ਵਲੋਗ ਚ ਜਿਹੜਾ ਨਾ ਸਭ ਬੋਲਣੀ ਪੰਜਾਬੀ ਤੇ ਅਸੀਂ ਬੋਲ ਕੇ ਵਿਖਾਈਏ ਤੁਹਾਨੂੰ ਤੇ ਅਗਰ ਐਂਦਾ ਹੋਰ ਮਜ਼ੀਦ ਵਲੋਗ ਚਾਹੁੰਦੇ ਦੱਸਿਓ ਕਮੈਂਟ ਕਰਨੇ ਨੇ ਬਹੁਤ ਅੱਛੇ ਅੱਛੇ ਔਰ ਬਹੁਤ ਸਾਰੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਐਸੀ ਗੱਲ ਦੇ ਉੱਤੇ ਕਿ ਅੱਜ ਅਸੀਂ ਖਾਲੀ ਟੋਟਲੀ ਪੰਜਾਬੀ ਬੋਲੀ ਤੇ ਕਿੰਨਾ ਮਜ਼ਾ ਆਇਆ ਸਾਨੂੰ ਤੇ ਬਹੁਤ ਮਜ਼ਾ ਆਇਆ ਤੁਹਾਨੂੰ ਆਇਆ ਨਹੀਂ ਕਮੈਂਟ ਕਰਨਾ ਹੈ ਹਾਂ ਲੇਕਿਨ ਬਹੁਤ ਹਾਰਡ ਲੱਗਿਆ ਬਹੁਤ ਹਾਰਡ ਲੱਗਿਆ ਤੇ ਹਾਰਡ ਤਾਂ ਹੈ ਕਿਉਂਕਿ ਕਭੀ ਕਭੀ ਕਿਉਂ ਬੋਲ ਔਰ ਐਂਡ ਵਿੱਚ ਹੈ ਚੈਲੰਜ ਵਿੱਚ ਜਿੱਤਨੀ ਹੈ ਮੈਂ ਕਿਉਂਕਿ ਮੈਂ ਬਿਲਕੁਲ ਵੀ ਉਰਦੂ ਨਹੀਂ ਬੋਲੀ ਕਿਉਂਕਿ ਬਾਕੀ ਇੱਕ ਚੀਜ਼ ਹੈ ਜਿੱਤ ਭੂਮੀ ਗਈ ਹੈ ਪੂਰੇ ਵੀ ਲੋਕ ਚ ਕਿਉਂਕਿ ਮੇਰੇ ਕੋਲ ਫਿਰ ਵੀ ਉਰਦੂ ਦੇ ਵਰਡ ਨਿਕਲ ਆਉਂਦੇ ਲੇਕਿਨ ਇਹ ਨਹੀਂ ਸੀ ਬੋਲ ਪਾਉਂਦੀ ਇੱਕ ਵਾਰੀ ਵੀ ਇਹ ਪੂਰੀ ਪੰਜਾਬੀ ਬੋਲਦੀ ਕਿਉਂਕਿ ਮੈਂ ਕੰਮ ਬੋਲਿਆ ਸੀ ਤਾਂ ਫਿਰ ਮੈਂ ਜ਼ਿਆਦਾ ਬੋਲਦੀ ਸ਼ਾਇਦ ਸਹੀ ਬਾਤ ਹੈ ਅਗਰ ਤੁਸੀਂ ਜ਼ਿਆਦਾ ਬੋਲਦੇ ਨਾ ਤੇ ਫਿਰ ਤੁਸੀਂ ਜਿਹੜਾ ਨਾ ਉਰਦੂ ਬੋਲਦੇ ਨਹੀਂ ਸੀ ਵਿੱਚ ਤੇ ਮੈਂ ਜ਼ਿਆਦਾ ਬੋਲਣ ਦਾ ਸਰ ਜੀ ਗੱਲ ਵੀ ਲੋਕ ਬਣਾ ਡਿਆਂ ਜੋ ਕੈਮਰਾ ਸਾਹਮਣੇ ਆਉਂਦਾ ਤੇ ਤੁਸੀਂ ਵੀ ਨਹੀਂ ਬੋਲ ਪਾਓਗੇ ਮੈਨੂੰ ਪਤਾ ਨਾ ਜਦੋਂ ਆਪਣੇ ਹੱਥ ਨਾਲ ਬਣਾਓਗੇ ਨਾ ਤੁਸੀਂ ਤਾਂ ਤੁਸੀਂ ਤੁਹਾਡੇ ਮੂੰਹ ਚ ਲੈ ਕੇ ਲੈ ਗਏ ਉਰਦੂ ਤੇ ਅਗਰ ਰਹਿੰਦੇ ਹੋਰ ਮਜ਼ੀਦ ਵੀ ਲੋਕ ਚਾਹੁੰਦੇ ਹੋ ਤੋ ਢੇਰ ਸਾਰੇ ਕਮੈਂਟ ਕਰਨੇ ਨੇ ਔਰ ਖੂਬ ਸਾਰਾ ਪਿਆਰ ਦੇਣਾ ਤੇ ਖੂਬ ਸਾਰਾ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਬੈਲ ਆਈਕਨ ਨੂੰ ਕਰਨਾ ਔਨ ਕਰੋ ਕੈਮਰਾ ਤੇ ਮੈਂ ਆਪਣਾ ਨਵਾਂ ਇੱਕ ਚੈਨਲ ਬਣਾਇਆ ਮੇਕਅਪ ਦਾ ਮੈਂ ਕੱਲ ਤੁਹਾਨੂੰ ਰੋਮੀ ਦੇ ਚੈਨਲ 'ਚ ਲਿੰਕ ਮਿਲੇਗਾ ਤੇ ਲਾਜ਼ਮੀ ਖੂਬ ਸਾਰਾ ਉਸੇ ਸਪੋਰਟ ਵੀ ਕਰਿਓ ਠੀਕ ਹੈ ਭਾਈ ਕਰ ਦੇਗੀ ਭਾਈ ਹਮਾਰੀ ਪਬਲਿਕ ਕਰੇਗੀ ਸਪੋਰਟ ਤੋ ਆਜ ਮਿਲਤੇ ਹੈ ਫਿਰ ਆਪਸੇ ਬਾਏ ਬਾਏ